तन मन होए निहाल जांगुर देखा सामने तन मन होए निहाल जांगुर देखा सामने अंदर सच्चा ने हो अंदर सच्चा ने हो लाया प्री तुम आपने तन मन होए निहाल जांगुर देखा सामने तन मन होए निहाल जांगुर देखा हर नाम बिसाहो कोई पूरे ते पाया अमृत अगुमिया थाहो आओ सत गुर वेख विगसिया हर नाम में लगा प्यार कृपा करके द्वार तन मन होए निहाल जांगुर देखा सामने तन मन होए निहाल जांगुर देखा सामने अंदर सच्चा ने हो अंदर सच्चा ने हो लाया प्रीत तन मन होए निहाल जांगुर देखा सामने तन मन होए निहाल जांगुर देखा सामने गुर बिरही नाम का जे मिले ता तन मन देओ जे पूरे पहोवे लिखिया अमृत सहज पियो अमृत सहज पियो तन मन होए निहाल जांगुर देखा सामने मन होए निहाल जांगुर देखा सामने अंदर सच्चा ने हो अंदर सच्चा ने हो ढिलवा जोगिंदर सिंह अखा दी साफ नहीं देता बस डॉक्टर ने उन्होंने चश्मा दिता लिखा चश्मा ठीक आ हाँ जी नहीं कोई नहीं लिया जी मैं कुछ नहीं कहना चाहता जो कुछ हुआ सब कुछ वधिया होया मेरा पिंड ढलवां जी ते करनैल सिंह सानू सुच्चा सिंह जी कोई मदद सेवा का कैंप लगा जी तो कोई पैसा नहीं लिया दिता जाता तो गरीबों की सहायता की जा रही है तो बहुत बहुत धन्यवाद इन्हें जी हाँ जी डॉक्टर ने विखा लिया जी तो उन्होंने लागे की ऐनक देती जी हाँ जी वधिया एकदम वधिया चैक किया जी तो कोई पैसा पूसा नहीं लिया जी तो धन्यवाद कर रहे जी बलदेव सिंह धारीवाल बेट वो जी गुरुद्वारे लॉसमेंट हुए अपने धारीवाल बेट रहने ਅਸੀਂ ਧਾਰੀਵਾਲ ਬੇਟ ਹਾਂ ਪਿੰਡ ਸਾਡਾ ਪੰਡਾਲ ਬੇਟ ਆ ਅਤੇ ਉੱਥੇ ਗੁਰਦੁਆਰੇ ਲੌਸਮੈਂਟ ਕੀਤੀ ਸੀ ਵੀ ਇੱਥੇ ਢਿਲਵੇਂ ਕੈਂਪ ਲੱਗਣਾ ਅਤੇ ਅਸੀਂ ਇਹ ਕਰਕੇ ਆਏ ਹਾਂ ਅਤੇ ਇਹਨਾਂ ਨੇ ਹੁਣ ਚੈੱਕ ਕੀਤਾ ਅਤੇ ਕਹਿੰਦੇ ਪ੍ਰਸ਼ਨ ਹੋਣਾ
ਪ੍ਰੋਬਲਮ ਅੱਖਾਂ 'ਚ ਝੋਲੇ ਝੋਲੇ ਪੈਂਦੇ ਆ ਨਹੀਂ ਉਹਨਾਂ ਦੱਸਿਆ ਪ੍ਰੈਸ਼ਨ ਕਰਨਾ ਪ੍ਰੈਸ਼ਨ ਕਰਨਾ ਹਾਂਜੀ ਇਹੋ ਧੰਨਵਾਦ ਹੀ ਕਰਾਂਗੇ ਸ਼ੁਕਰੀਆ ਕਰਾਂਗੇ ਵੀ ਜਿਨ੍ਹਾਂ ਨੇ ਕੈਂਪ ਲਾਇਆ ਗਰੀਬਾਂ ਵਾਸਤੇ ਮੰਗਲ ਗਡਾਣੀ ਇਹ ਜੀ ਇਹ ਆਪਣੇ ਭੁੰਡੀ ਵਾਲੇ ਗਏ ਸੀ ਆਪਣੇ ਲਾਣ ਦੇਣ ਨੂੰ ਇਹ ਉਮਰ ਹੋਣੀ ਆ 60-65 ਸਾਲ ਡਾਕਟਰ ਨੇ ਕਹਿੰਦਾ ਵੀ ਅੱਖ ਮੰਨਣੀ ਆ ਨਹੀਂ ਪਹਿਲਾਂ ਨਹੀਂ ਕਰਾਈ ਕਿਤੇ ਵੀ ਹਾਂਜੀ ਨਹੀਂ ਕੋਈ ਨਹੀਂ ਪੈਸਾ ਲਿਆ ਇਹਨਾਂ ਧੰਨਵਾਦ ਇਹਨਾਂ ਦੇ ਬਹੁਤ ਵਧੀਆ ਜਿਹੜਾ ਪੁੰਨ ਦਾਨ ਕਰਨ ਡਏ ਆ ਗਿਆਨ ਜੀ ਨੂਰਪੁਰ ਬਣਾ 70 ਸਾਲ ਕਿਉਂ ਪਤਾ ਮਹਾਰਾਜ ਨੂਰਪੁਰੋਂ ਉੱਥੇ ਮੇਰੀ ਭੈਣ ਇੱਥੇ ਵਿਆਹੀ ਆ ਉਹਨਾਂ ਦੱਸਿਆ ਮੁਸ਼ਕਲ ਆ ਵੀ ਲੈਂਚਵਾਂ ਪਾਇਆ ਸੂਤ ਨਹੀਂ ਆਇਆ ਬਹੁਤ ਉਹਦਾ ਫੈਟੋ ਲਈਦਾ ਪਰ ਜਾਣੀ ਮੈਂ ਕਿਹਾ ਵੀ ਧੋਦੇ ਜਿਹੜੀ ਗਾੜੀ ਰਹਿੰਦੀ ਨਾ ਵੀ ਜਿਹੜਾ ਠੀਕ ਹੋ ਜਾਵੇ ਨਹੀਂ 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 ਬੜੀ ਮਾਣ ਖਿੱਚਾ ਮਾਰੀ ਛੱਡ ਗਿਆ ਮੇਰਾ ਨੰਬਰ ਲੈ ਕੇ ਲੈਣ ਗਿਆ ਉਸ ਮੇਰੇ ਨਾਲ ਬੰਦਾ ਸੇਵਾਦਾਰ ਗਿਆ ਸੀ ਲੈ ਕੇ ਆਇਆ ਮੈਨੂੰ ਫੜ ਕੇ ਲਿਆ ਫੜ ਕੇ ਲਿਆ ਬਹੁਤ ਸ਼ੁਕਰ ਮਾਰਗ ਦਾ ਜੀ ਹਾਂਜੀ ਹਾਂਜੀ ਅਸੀਂ ਕਿਹਨੇ ਮਾਲਕ ਰੱਜ ਕੇ ਜਾਵੇ ਜ਼ਿਆਦਾ ਦੇਵੇ ਇਹਨੂੰ ਜਾਈ ਤਰੱਕੀ ਕਰਨ ਮਾਲਕ ਕਰਾਵੇ ਪ੍ਰੀਤਮ ਕੌਰ ਢਿਲਵਾਂ ਉਮਰ ਹੋਊਗੀ ਕਿ 60-65 70-80 ਦੀ ਹਾਂਜੀ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਕੁਛ ਹੁਣ ਕਿਹਾ ਮੋਤੀਆ ਉਤਰਦਾ ਹਾਂਜੀ ਹੁਣ ਕਹਿੰਦੇ ਪ੍ਰੇਸ਼ਨ ਕਰੋ ਮੈਂ ਕਰਾਉਣਾ ਮੈਂ ਕਿਹਾ ਹਾਂਜੀ ਨਾ ਕਿਹਨੇ ਨਹੀਂ ਮੰਗਿਆ ਮੇਰੇ ਤੋਂ ਕੋਈ ਆਨਾ ਨਹੀਂ ਮੰਗਿਆ ਮੇਰੇ ਤੋਂ ਅਸੀਂ ਕਹਿੰਦੇ ਮਹਾਰਾਜ ਇਹਨਾਂ ਨੂੰ ਬਹੁਤਾ ਦਈ ਬਸ ਇਹਨਾਂ ਦੀ ਵੱਡੀ ਵੱਡੀ ਉਮਰ ਕਰੀ ਇਹਨਾਂ ਨੂੰ ਬਹੁਤਾ ਦਈ ਇਹਨਾਂ ਦਾ ਹੁੱਦੇ ਵਧਾਵੀਂ